myself dr daksh mahajan i am the consultant urologist and kidney transplant surgeon associated with amandeep propof hospitals aaj mai tade naal jo kidney stones de ode latest technique of operations hai ode bare kuch jankari sanja karna chahna honda ki hai ki jadon koi bhi kidney stone nu asi operative sa de dene hai ki anu operation rahegi karna chahida hai te us vich jadi aj tak ya pichle kuch samay tak technique of choice si onu asi pcnl kende ha ਉਹਦੇ ਵਿੱਚ ਅਸੀਂ ਕੀ ਕਰਦੇ ਸੀ ਕਿ ਤੁਹਾਡੇ ਫਲੈਂਕ ਜਾਂ ਵੱਖੀ ਦੇ ਵਿੱਚ ਇੱਕ ਛੋਟਾ ਜਿਹਾ 1.5 ਸੈਂਟੀਮੀਟਰ ਦਾ ਕੱਟ ਦੇ ਕੇ ਉਹਦੇ ਥਰੂ ਆਪਣੇ ਜਿਹੜੇ ਐਂਡੋਸਕੋਪਸ ਹੁੰਦੇ ਆ ਜਾਂ ਦੂਰਬੀਨ ਹੁੰਦੀ ਐ ਉਹ ਤੁਹਾਡੇ ਗੁਰਦੇ ਚ ਪਾ ਕੇ ਉਹਦੇ ਵਿੱਚ ਸਟੋਨਸ ਨੂੰ ਛੋਟਾ ਛੋਟਾ ਕਰਕੇ ਤੇ ਉੱਥੋਂ ਕੰਢਿਆ ਜਾਂਦਾ ਸੀ ਇਹ ਟੈਕਨੀਕ ਕਾਫੀ ਸੇਫ ਸੀ ਪਰ ਇਹਦੇ ਕੁਝ ਕੰਪਲਿਕੀਸ਼ਨ ਰੇਟਸ ਹੈਗੇ ਸੀ ਜਿਵੇਂ ਕਿ ਜਦੋਂ ਅਸੀਂ ਦੂਰਬੀਨਾ ਪਾਉਂਦੇ ਆ ਉਸ ਵੇਲੇ ਸਾਨੂੰ ਗੁਰਦੇ ਦੇ ਵਿੱਚ ਇੱਕ ਸੁਰਾਖ ਕਰਕੇ ਜਾਣਾ ਪੈਂਦਾ ਹੈ ਇਦੇ ਵਿੱਚ ਬਲੀਡਿੰਗ ਹੋਣ ਦੇ ਥੋੜੇ ਜਿਹਾ ਚਾਂਸਸ ਕਈ ਪੇਸ਼ੈਂਟਸ ਰਹਿੰਦੇ ਹਨ ਇਸ ਤੋਂ ਇਲਾਵਾ ਕਈ ਵਾਰੀ ਸਟੋਨ ਕਲੀਅਰੈਂਸ ਦੇ ਵਿੱਚ ਪੂਰੀ ਤਰ੍ਹਾਂ ਕਲੀਅਰ ਨਹੀਂ ਹੋ ਸਕਦਾ ਇਹਦੀ ਪ੍ਰੋਬਲਮ ਆਂਦੀ ਹੈ ਜਾਂ ਫਿਰ ਕਈ ਵਾਰੀ ਆਂਤੜੀ ਦੀ ਚੋਟ ਲੱਗ ਸਕਦੀ ਹੈ ਦੁਰਬੀਨ ਪਾੰਦੇ ਵੇਲੇ ਜਾਂ ਫੇਫੜਿਆਂ ਦੀ ਕਵਰਿੰਗ ਤੇ ਚੋਟ ਲੱਗ ਸਕਦੀ ਹੈ ਜਿਹਦੇ ਵਿੱਚ ਮਰੀਜ਼ ਦੇ ਫੇਫੜਿਆਂ ਵਿੱਚ ਪਾਣੀ ਭਰਨ ਦੀ ਥੋੜੀ ਸੰਭਾਵਨਾ ਦਿੰਦੀ ਹੈ ਇਹ ਚੀਜ਼ਾਂ ਦੀ ਜਿਹੜੀ ਕੰਪਲਿਕੀਸ਼ਨ ਹੈ ਇਹਨਾਂ ਨੂੰ ਦੂਰ ਕਰਨ ਵਾਸਤੇ ਕੁਝ ਇੱਕ ਨਵੀਂ ਟੈਕਨੀਕਸ ਇਜਾਦ ਕੀਤੀਆਂ ਗਈਆਂ ਸੀ ਹਾਲਾਂਕਿ ਕੰਪਲਿਕੇਸ਼ਨ ਰੇਟ ਸਪੀਸੀਐਨਐਲ ਦੇ ਵੀ ਬਹੁਤ ਜ਼ਿਆਦਾ ਨਹੀਂ ਸੀ ਪਰ ਜਿਹੜੇ ਪੇਸ਼ੈਂਟਸ 'ਚ ਹੋ ਜਾਂਦੀਆਂ ਸੀ ਉਹਨਾਂ ਨੂੰ ਫਿਰ ਟ੍ਰੀਟ ਕਰਨ ਲਈ ਕਾਫੀ ਸਮਾਂ ਲੱਗ ਜਾਂਦਾ ਸੀ ਇਹ ਕੰਪਲਿਕੇਸ਼ਨ ਨੂੰ ਦੂਰ ਕਰਨ ਲਈ ਨਵੀਂ ਜਿਹੜੀ ਟੈਕਨੀਕ ਆਈ ਹੈ ਉਹਨੂੰ ਆਰਆਈਆਰਐਸ ਕਿਹਾ ਜਾਂਦਾ ਹੈ ਮਤਲਬ ਕਿ ਰੈਟਰੋਗ੍ਰੇਡ ਇੰਟਰਰੀਨਲ ਸਰਜਰੀ ਐਦੇ ਵਿੱਚ ਅਸੀਂ ਕੋਈ ਵੀ ਗੁਰਦੇ 'ਚ ਸੁਰਾਖ ਵਗੈਰਾ ਨਹੀਂ ਕਰਦੇ ਅਸੀਂ ਨਾਰਮਲ ਜਿਹੜਾ ਯੂਰੀਨਰੀ ਪਾਥ ਹੈ ਜਿਹੜਾ ਯੂਰੀਨਰੀ ਸਿਸਟਮ ਹੈ ਮੂਤਰਾਲੇ ਉਹ ਦੇ ਤ्रू ਹੀ ਪਿੱਛੇ ਨੂੰ ਆਪਣੀ ਦੂਰਬੀਨਾ ਚੜਾ ਕੇ ਮੁਰਦੇ ਤੱਕ ਪਹੁੰਚ ਕੇ ਉੱਥੋਂ ਹੀ ਜਿਹੜੀ ਸਟੋਨ ਹੈਗੀ ਆ ਉਹਦੀ ਸਫਾਈ ਕਰਦੇ ਹਨ ਕੀਤਾ ਕੀ ਜਾਂਦਾ ਹੈ ਇਹਦੇ ਵਿੱਚ ਪਤਲੀ ਦੂਰਬੀਨਾ ਹੁੰਦੀਆਂ ਨੇ ਬੜੇ ਫਲੈਕਸੀਬਲ ਦੂਰਬੀਨਾ ਹੁੰਦੀਆਂ ਨੇ ਸਾਡੀਆਂ ਜਿਹੜੀ ਕਿ ਅਸੀਂ ਨਾਰਮਲ ਯੂਨੀ ਦੇ ਪਾਸ ਤੋਂ ਉੱਪਰ ਚੜਾਉਂਦੇ ਆ ਫਿਰ ਬਹੁਤ ਹੀ ਐਡਵਾਂਸਡ ਲੇਜ਼ਰਸ ਨਾਲ ਜਿਹੜਾ ਸਟੋਨ ਹੈ ਉਹਨੂੰ ਛੋਟੇ-ਛੋਟੇ ਬਰੀਕ ਰੇਤ ਦੇ ਕਣ ਬਣਾ ਕੇ ਉੱਥੋਂ ਹੀ ਵਾਸ਼ ਕਰ ਦਿੱਤਾ ਜਾਂਦਾ ਹੈ ਇਹਦੇ ਵਿੱਚ ਕੋਈ ਵੀ ਛੋਟਾ ਜਿਹਾ ਇਨਸੀਜਨ ਦੇਣ ਦੀ ਵੀ ਲੋੜ ਨਹੀਂ ਹੁੰਦੀ ਕੋਈ ਕਿਡਨੀ ਵਿੱਚ ਸੁਰਾਖ ਕਰਨ ਦੀ ਲੋੜ ਨਹੀਂ ਹੁੰਦੀ ਕੋਈ ਫੇਫੜਿਆਂ ਦੀ ਚੋੜ ਜਾਂ ਆਂਤੜੇ ਦੀ ਚੋੜ ਦਾ ਕੋਈ ਰਿਸਕ ਨਹੀਂ ਰਹਿੰਦਾ ਤੇ ਇਹ ਬਹੁਤ ਹੀ ਸੇਫ ਤਰ੍ਹਾਂ ਦੀ ਇੱਕ ਤਕਨੀਕ ਹੈ ਇਹ ਪੂਰੇ ਨਾਰਥ ਇੰਡੀਆ ਦੇ ਵਿੱਚ ਬਹੁਤ ਗਿਨੇ ਚੁਨੇ ਸੈਂਟਰਸ ਹਨ ਜਿਨੇ ਜਿਹੜੇ ਇਹ ਤਕਨੀਕ ਨਾਲ ਕਿਡਨੀ ਸਟones ਦਾ ਇਲਾਜ ਕਰ ਰਹੇ ਹਨ ਤੇ ਅਸੀਂ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡੇ ਕੋਲ ਉਹ ਤਕਨੀਕ ਅਵੇਲੇਬਲ ਹੈਗੀ ਹੈ ਤੇ ਅਮ੍ਰਿਤਸਰ ਅਮਨਦੀਪ ਮੈਡੀ ਸਿਟੀ ਦੇ ਵਿੱਚ ਇਦੇ ਵਾਸਤੇ ਸਾਡੇ ਕੋਲ ਐਡਵਾਂਸਡ ਲੇਜ਼ਰਸ ਹੈਗੀਆਂ ਜਿਹੜੇ ਕਿ ਸਟੋਨਸ ਨੂੰ ਬਹੁਤ ਹੀ ਬਾਰੀਕ ਰੇਤ ਦੇ ਕਣ ਬਣਾ ਕੇ ਉਹਨੂੰ ਉਤੋ ਹੀ ਵਾਸ਼ ਕਰ ਦਿੱਤੀ ਜਾਂਦੀਆਂ ਤੇ ਪੇਸ਼ੈਂਟ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਆ ਸਾਹਮਣਾ ਨਹੀਂ ਕਰਨਾ ਪੈਂਦਾ ਯੂਜ਼ੂਲੀ ਪੇਸ਼ੈਂਟਸ ਨੈਕਸਟ ਡੇ ਅਸੀਂ ਡਿਸਚਾਰਜ ਕਰ ਦਿੰਦੇ ਹਾਂ ਤੇ ਪੇਸ਼ੈਂਟਸ ਨੈਕਸਟ ਡੇ ਤੋਂ ਹੀ ਆਪਣੇ ਰੂਟੀਨ ਵਰਕ ਫਾਲੋ ਕਰ ਸਕਦਾ ਹੈ ਇਸ ਕਰਕੇ ਜੇ ਤੁਹਾਨੂੰ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਕਿਡਨੀ ਸਟੋਨਸ ਦੀ ਪ੍ਰੋਬਲਮ ਹੈ ਅਤੇ ਉਹਨੂੰ ਕੋਈ ਆਪਰੇਟਿਵ ਸਲਾਹ ਮਿਲੀ ਹੈ ਸਟੋਨਸ ਰਿਮੂਵ ਕਰਵਾਉਣ ਲਈ ਤੇ ਉਹ ਲੇਟੈਸਟ ਟੈਕਨੀਕ ਥਰੂ ਆਰ ਆਈ ਆਰਸ ਟੈਕਨੋਲੋਜੀ ਥਰੂ ਸਾਡੇ ਸੈਂਟਰ ਤੇ ਆ ਕੇ ਇਹ ਆਪਣੇ ਸਟones ਰਿਮੂਵ ਕਰਵਾ ਸਕਦਾ ਹੈ ਬਹੁਤ ਹੀ ਸੇਫ ਤੇ ਤਰੀਕ ਨਾਲ ਇਹ ਜਿਹੜੀ ਟੈਕਨੀਕ ਹੈ ਇਸ ਵੇਲੇ ਪੂਰੇ ਵਰਲਡ ਦੇ ਵਿੱਚ ਲੇਟੈਸਟ ਟੈਕਨੀਕ ਮੰਨੀ ਗਈ ਹੈ ਕਿਡਨੀ ਸਟones ਦੇ ਆਪਰੇਟਿਵ ਰਿਮੂਵਲ ਲਈ ਐਸੇ ਰਿਗਾਰਡਿੰਗ ਅਸੀਂ ਪਿਛਲੇ ਸਵਾ ਸਾਲ ਤੋਂ ਇਸ ਟੈਕਨੀਕ ਨਾਲ ਕਾਫੀ ਮਰੀਜ਼ਾਂ ਦੀ ਜਿਹੜੀ ਹੈ ਆਪਰੇਟੇਸ਼ਨ ਕੀਤੇ ਹਨ ਤੇ ਸਾਰੇ ਹੀ ਮਰੀਜ਼ ਸਾਡੇ ਸਹੀ ਹੋ ਕੇ ਕਰ ਗਏ ਹਨ ਵਿਦਆਊਟ ਐਨੀ ਕੰਪਲਿਕੀਸ਼ਨਸ ਕੁਛ ਦਿਨ ਪਹਿਲਾਂ ਹੀ ਇੱਕ ਪੇਸ਼ੈਂਟ ਨੂੰ ਅਸੀਂ ਐਸੇ ਤਕਨੀਕ ਨਾਲ ਆਪਰੇਟ ਕੀਤਾ ਸੀ ਉਹਦਾ ਆਪਰੇਟਿਵ ਐਕਸਪੀਰੀਅੰਸ ਤੇ ਉਹਦੇ ਜੇ ਵਿਚਾਰ ਇਸ ਆਪਰੇਸ਼ਨ ਬਾਰੇ ਤੁਹਾਡੇ ਨਾਲ ਹੋਣੇ ਹੀ ਅਸੀਂ ਸਾਂਝਾ ਕਰਨਗੇ ਇਸ ਤੋਂ ਬਾਅਦ ਤੁਸੀਂ ਉਹਨਾਂ ਦੇ ਵਿਚਾਰ ਲੈ ਕੇ ਤੇ ਮੇਰੀ ਕੁਝ ਇਨਫੋਰਮੇਸ਼ਨ ਦੇ ਨਾਲ ਇਸ ਤਕਨੀਕ ਨੂੰ ਬਿਹਤਰ ਸਮਝ ਪਾਓਗੇ ਤੇ ਸਾਡੀ ਇਹੀ ਬੇਨਤੀ ਹੈ ਕਿ ਜਦੋਂ ਵੀ ਕੋਈ ਕਿਡਨੀ ਸਟੋਨਸ ਦਾ ਆਪਰੇਟਿਵ ਸੁਲਾ ਦਿੰਦਾ ਹੈ ਉਹਨੂੰ ਨਜ਼ਰ ਅੰਦਾਜ਼ ਨਾ ਕਰੋ ਜੇ ਆਪਰੇਸ਼ਨ ਕਰਵਾਣਾ ਹੈ ਉਹਨੂੰ ਛੇਤੀ ਤੋਂ ਛੇਤੀ ਰਿਮੂਵ ਕਰਾਓ ਤੇ ਲੇਟੈਸਟ ਟੈਕਨੋਲੋਜੀ ਹੁਣ ਤੁਹਾਡੇ ਕੋਲ ਹੀ ਅਵੇਲੇਬਲ ਹੈਗੀ ਹੈ ਉਹਦਾ ਪਲੀਜ਼ ਲਾਭ ਲਓ ਇਸ ਤੋਂ ਪਹਿਲਾਂ ਅਸੀਂ ਮਿਥ ਐਂਡ ਫੈਕਟਸ ਦੀ ਇੱਕ ਸੀਰੀਜ਼ ਸਟਾਰਟ ਕੀਤੀ ਸੀ ਜਿਹਦੇ ਰਿਗਾਰਡਿੰਗ ਕਈ ਵੀਡੀਓਜ਼ ਅਸੀਂ ਅਪਲੋਡ ਕੀਤੇ ਸੀ ਉਹਦੇ ਲਿੰਕ ਜੇ ਹੈ ਤੁਹਾਨੂੰ ਇੱਥੇ ਉੱਪਰ ਉਪਲਬਧ ਹੋ ਜਾਣਗੇ ਤੁਸੀਂ ਪਲੀਜ਼ ਉਸ ਲਿੰਕ ਨੂੰ ਕਲਿੱਕ ਕਰਕੇ ਯੂਰੋਲੋਜੀ ਦੇ ਰਿਗਾਰਡਿੰਗ ਕਈ ਮਿਥਸ ਐਂਡ ਫੈਕਟਸ ਬਾਰੇ ਜਾਣਕਾਰੀ ਲੈ ਸਕਦੇ ਹੋ ਇਸ ਦੇ ਨਾਲ ਹੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਕਿ ਕੋਈ ਵੀ ਯੂਰੋਲੋਜੀਕਲ ਪ੍ਰੋਬਲਮ ਜੇ ਤੁਹਾਡੇ ਜਾਂ ਤੁਹਾਡੇ ਕਿਸੇ ਜਾਣਕਾਰ ਨੂੰ ਹੈਗੀ ਹੈ प्लीज तो प्लीज़ ती सा को आके उस बारे और जानकारी तो वे ट्रीटमेंट मोडलिटी उसू पता कर सकते हो थैंक यू स्टे हेल्दी स्टे स्ट्रॉन्ग नमस्कार साथियों मेरा नाम है दापस चौधरी बाइस बेटिलियन बी से मैं बिलोंग करता हूँ मेरा स्टेट है वेस्ट बंगाल मालदा डिस्ट्रिक्ट मैं एक्चुअली यहाँ पर आसपास से कुछ जानकारी लेके डॉक्टर दक्ष महाजन से मैं कंसल्ट किया था जो आमनदीप में फ़िलहाल प्रेजेंट है एक अच्छा डॉक्टर है अच्छा ट्रीटमेंट करता है अच्छा ऑपरेट हुआ है इस ऑपरेट के दौरान मैं काफ़ी कम्फर्टेबल फील कर रहा हूँ उसके बाद ये डॉक्टर अच्छा है सबसे बढ़िया और जितने सारे स्टाफ है इधर का सबसे बेटर है और अच्छा केयरलेस और केयरफुली किया जाता है अच्छा ट्रीटमेंट भी दिया जाता है इसके दौरान हम काफ़ी इम्प्रूवमेंट हुआ है मैं चाहता हूँ जितने सारे जो पेशेंट है इस आवंदीप हॉस्पिटल में आकर ट्रीटमेंट करोना से बहुत सेटिस्फाई मिलेगा बहुत लाभदायक होगा मेरे जैसे कोई पेशेंट है जैसे किडनी का हो गया स्टोन है कुछ भी है तो स्टोन के मामले में या किडनी स्पेशलिस्ट डॉक्टर दक्ष महाजन है उनसे एक बार आप मिल लीजिए तो इसमें आपको काफ़ी इम्प्रूवमेंट मिलेगा क्योंकि मैं इधर अच्छा कंफर्टेबल फील कर रहा हूँ दक्ष महाजन डॉक्टर से यूरोलॉजी स्पेशलिस्ट आप लोग कहीं भी हो तो इस आवनदीप हॉस्पिटल में यूरोलॉजिस्ट डॉक्टर दक्ष महाजन से हम लोग संपर्क कर कीजिए उसके बाद जो जितने सारे नर्सिंग स्टाफ है जो सफ़ाई कर्मचारी हो जितने सारे नर्सिंग स्टाफ है जो एल्पर है इन लोग जितने सारे पेशेंट है इन लोगों का जो बेहेव है इन लोगों ने अपना बेखूबी से अपना कम को निभाया और मेरे को बेटर फील हुआ इन लोगों का काम से इन ड्यूटी से तो आई एम वेरी सेटिस्फाई इसलिए मैं बोलता हूँ बहुत बढ़िया है और आने वाला दिन में जितने सारे पेशेंट आएगा ਤੋ ਇਸਮੇ ਆਨਾ ਸਭ ਤੋਂ ਜ਼ਰੂਰੀ ਹੈ ਸਾਮੰਦੀਪ ਹਸਪਤਾਲ ਮੈਂ ਥੈਂਕ ਯੂ